ਅੱਜ ਆਪਾਂ ਸੰਖਿਆ ਅਤੇ ਕਿਰਿਆਵਾਂ ਵਾਲਾ ਅਧਿਆਇ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਨੂੰ ਅੰਕ ਅੰਕ ਕੀ ਹੁੰਦਾ ਹੈ? ਜ਼ੀਰੋ ਤੋਂ ਲੈ ਕੇ ਨਾਮ ਤੱਕ ਲਈ ਜਿਹੜੇ ਜ਼ੀਰੋ, ਇੱਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌਂ, ਇਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਅੰਕ। ਉਸ ਤੋਂ ਬਾਅਦ ਜਾਂ ਦੋ ਜਾਂ ਤਿੰਨ ਜਾਂ ਚਾਰ ਅੰਕ ਮਿਲ ਕੇ ਜੋ ਚੀਜ਼ ਬਣਾਉਂਦੇ ਨੇ ਉਹਨੂੰ ਆਪਾਂ ਕੀ ਕਹਿੰਦੇ ਹਾਂ? ਸੰਖਿਆ। ਹੁਣ ਦੱਸੋ ਉਸ ਤੋਂ ਬਾਅਦ ਦਹਾਈ ਦੇ ਵੀ ਸੱਤ ਪਾ ਦਿੱਤੇ। ਅਗਲਾ ਪਾ ਰਿਹਾ ਮੈਂ 1000 ਦੇ ਸੰਖਿਆ ਬਣ। ਉਸ ਤੋਂ ਬਾਅਦ ਨੀਚੇ ਆਪਾਂ ਅਗਲਾ ਕੁਐਸਚਨ ਹੱਲ ਕਰਾਂਗੇ ਜਿਹਦੇ ਵਿੱਚ ਆਪਾਂ ਨੇ ਵੱਧਦੇ ਕ੍ਰਮ ਦੇ ਵਿੱਚ ਸੰਖਿਆ ਨੂੰ ਲਗਾਉਣਾ। ਹੁਣ ਇਹਦੇ ਵਿੱਚ ਵੱਧਦੇ ਕ੍ਰਮ ਲਗਾਉਣ ਲਈ ਸਭ ਤੋਂ ਪਹਿਲਾਂ ਕਿਹੜੀ ਸੰਖਿਆ ਆਪਾਂ ਚੂਜ਼ ਕਰਦੇ ਹੁੰਦੇ ਹਾਂ? ਸਭ ਤੋਂ ਛੋਟੀ। ਇਹਦੇ ਵਿੱਚ ਸਭ ਤੋਂ ਛੋਟੀ ਕਿਹੜੀ ਹੈ? 1025। ਉਸ ਤੋਂ ਵੱਡੀ 7580। ਉਸ ਤੋਂ ਬਾਅਦ ਵਾਹ ਵਾਲੀ ਆ ਗਈ 20025। 35015। 87945। 98570। ਇਸੇ ਤਰ੍ਹਾਂ ਆਪਾਂ ਨੀਚੇ ਘੱਟਦੇ ਕ੍ਰਮ ਹੀ ਲਗਾਵਾਂਗੇ। ਘੱਟਦੇ ਕ੍ਰਮ ਲਗਾਉਣ ਵਿੱਚ ਕੀ ਚਾਹੀਦਾ ਆਪਾਂ ਨੂੰ? ਸਭ ਤੋਂ ਪਹਿਲਾਂ ਸਭ ਤੋਂ ਵੱਡੀ ਸੰਖਿਆ ਕਿਹੜੀ ਇਹਦੇ ਵਿੱਚੋਂ? 938।